ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਸਾਨੂੰ ਮਹਾਨ ਬਖਸ਼ਿਸ਼ ਗੁਰੂ ਫਤੇ ਨਾਲ ਸਾਂਝ ਪਾਈਏ ਜੀ ਸਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦਾਸ ਲਖਵਿੰਦਰ ਸਿੰਘ ਗੰਭੀਰ ਜਿੰਨੂੰ ਤੁਸੀਂ ਤਕਰੀਬਨ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਹੋ ਪਰ ਸਾਡਾ ਜਿਹੜਾ ਉਹ YouTube ਦਾ ਚੈਨਲ ਹੈ ਸੱਚ ਦੀ ਆਵਾਜ਼ ਤੇ ਦੂਸਰਾ ਚੈਨਲ ਹੈ ਸਿੱਖ ਸਿਧਾਂਤ ਟੀਵੀ ਸਿੱਖ ਸਿਧਾਂਤ ਟੀਵੀ ਦੀ ਸਾਡੀ ਵੈਬਸਾਈਟ ਵੀ ਹੈ www.sikhsidanttv.com ਜਿਹਦੇ ਉੱਤੇ ਜਾ ਕੇ ਤੁਸੀਂ ਸਿੱਖ ਧਰਮ ਨਾਲ ਰਿਲੇਟਡ ਲੇਖ ਆਰਟੀਕਲ ਅਤੇ ਬਹੁਤ ਸਾਰੀਆਂ ਕਿਤਾਬਾਂ ਨੇ ਉਹ ਪੜ੍ਹ ਸਕਦੇ ਹੋ ਡਾਊਨਲੋਡ ਵੀ ਕਰ ਸਕਦੇ ਹੋ ਖੈਰ ਸਿੱਖ ਧਰਮ ਦੁਨੀਆ ਦਾ ਇੱਕ ਐਸਾ ਧਰਮ ਹੈ ਜਿਨੂੰ ਸੰਸਾਰ ਦੇ तकरीबन ਹਰ ਬੰਦੇ ਨੇ ਜਿਨੇ ਵਾਚਿਆ ਉਹਨੇ ਮਾਨ ਸਤਕਾਰ ਜ਼ਰੂਰ ਦਿੱਤਾ ਔਰ ਮੈਂ ਜੇ ਗੱਲ ਕਰਾਂ ਐਚ ਐਲ ਬਰਾਡਸ਼ਾ ਵਰਗੇ ਵਿਦਵਾਨ ਦੀ ਜਿਹੜਾ ਕਿ ਅਮਰੀਕਾ ਦਾ ਵਿਦਵਾਨ ਆ ਉਹ ਸਿੱਖ ਧਰਮ ਨੂੰ ਦੁਨੀਆ ਦਾ ਇੱਕ ਮਹਾਨ ਅਤੇ ਬਹੁਤ ਖੁੱਲ੍ਹਦਿਲਾ ਧਰਮ ਮੰਨਦਾ ਹੈ ਤੇ ਨਾਲੇ ਉਹ ਗੱਲ ਕਹਿੰਦਾ ਹੈ ਕਿ ਸਿੱਖ ਧਰਮ ਦੁਨੀਆ ਦਾ ਨਵਾਂ ਧਰਮ ਹੈ ਤੇ ਦੁਨੀਆ ਦੇ ਹਰ ਇੱਕ ਬੰਦੇ ਦੀ ਕੋਈ ਵੀ ਗੁੰਜ ਲੈਣਾ ਕੋਈ ਵੀ ਮੁਸੀਬਤ ਹੈ ਕੋਈ ਵੀ ਪ੍ਰੋਬਲਮ ਹੈ ਉਹ ਸਿੱਖ ਧਰਮ ਸੁਲਝਾ ਸਕਦਾ ਹੈ ਕਿਸੇ ਵੀ ਗੁੰਝਲ ਨੂੰ ਖੋਲ ਸਕਦਾ ਹੈ ਸਿੱਖ ਧਰਮ ਹੈ ਕੀ ਹੈ ਧਰਮ ਹੈ ਕੀ ਹੈ ਇਹਦੇ ਬਾਰੇ ਪੰਜਵੇਂ ਨਾਨਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਮਹਾਨ ਬਚਨ ਹੈ ਜਿਦੇ ਵਿੱਚ ਉਹ ਗੱਲ ਖੁਦ ਕਹਿੰਦੇ ਨੇ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਿ ਦੁਨੀਆ ਦਾ ਸਭ ਤੋਂ ਵੱਡਾ ਧਰਮੀ ਬੰਦਾ ਉਹ ਹੀ ਹੁੰਦਾ ਹੈ ਜਿਸ ਇਨਸਾਨ ਨੂੰ ਪਰਮਾਤਮਾ ਨਾਲ ਭੁੱਲੇ ਤੇ ਜਿਸ ਇਨਸਾਨ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਾੜਾ ਕੰਮ ਕਰਨ ਦੀ ਪ੍ਰੇਰਣਾ ਉਹਦਾ ਮਨਣਾ ਦੇ ਜਿਸ ਬੰਦੇ ਦੇ ਕਰਮ ਚੰਗੇ ਨੇ ਕੰਮ ਚੰਗੇ ਨੇ ਤੇ ਜਿਹੜਾ ਇਨਸਾਨ ਕਦੇ ਵੀ ਵਾਹਿਗੁਰੂ ਨੂੰ ਨਹੀਂ ਨਾ ਭੁੱਲਦਾ ਉਸ ਬੰਦੇ ਤੋਂ ਵੱਡਾ ਧਰਮੀ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੋ ਸਕਦਾ ਧਰਮ ਦੇ ਵਿਸ਼ੇ ਦੀ ਗੱਲ ਕਰਦੇ ਆਂ ਜਦੋਂ ਮੈਂ ਅਗਾਹ ਚੱਲਦਾ ਤੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਪਾਵਨ ਬੋਲ ਸਾਹਮਣੇ ਆ ਜਾਂਦੇ ਨੇ ਜਿੱਥੇ ਉਹ ਗੱਲ ਧਰਮੀ ਲੋਕਾਂ ਦੀ ਕੀ ਕਰਦੇ ਨੇ ਤੇ ਧਰਮੀ ਲੋਕਾਂ ਦੀ ਗੱਲ ਕਰਦਿਆਂ ਕਰਦਿਆਂ ਵਿੱਚ ਇੱਕ ਸਿਆਸਤ ਦੀ ਗੱਲ ਆਉਂਦੀ ਹੈ ਕਾਦੀ ਕੂੜ ਬੋਲ ਮਲ ਖਾਏ ब्राह्मण ਨਾ ਵਹਿ ਜੀਆਂ ਕਾਹੇ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾਰੇ ਕਾ ਬੰਦ ਇੱਥੇ ਗੱਲ ਕਰਦੇ ਨੇ ਕਿ ਭਾਵੇਂ ਉਹ ਕਾਜੀ ਐ ਚਾਹੇ ਬ੍ਰਾਹਮਣ ਐ ਚਾਹੇ ਜੋਗੀ ਐ ਇਹ ਸਾਰੇ ਦੇ ਸਾਰੇ ਗਰ ਕਰਕੇ ਨੇ ਤੇ ਜਿਹੜਾ ਉਹਨਾਂ ਦਾ ਮੇਨ عقیدہ ਸੀ ਜਿਹੜਾ ਮੇਨ ਮਕਸਦ ਸੀ ਉਸ ਮੇਨ ਮਕਸਦ ਤੋਂ ਉਪਰਾਟ ਕੇ ਜਿਹੜੀ ਦੁਨੀਆ ਲੋਕ ਐ ਲੁਕਾਈ ਐ ਉਹਨੂੰ ਵਹਿਮਾਂ ਚ ਪਾ ਰਹੇ ਨੇ ਕਰਮ ਕਾਂਡਾਂ ਚ ਪਾ ਰਹੇ ਨੇ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੁੱਟਿਆ ਜਾ ਰਿਹਾ ਗੁਰੂ ਅਰਗੁਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਇੱਕ ਸਾਖੀ ਹੁੰਦੀ ਐ ਜਿਦੇ ਵਿੱਚ ਗੁਰੂ ਅਰਗੁਨ ਦੇਵ ਮਹਾਰਾਜ ਸੱਚੇ ਪਕਸ਼ਾ ਜੀ ਦੀ ਜਦੋਂ ਮੁਲਾਕਾਤ ਜਹਾਂਗੀਰ ਦੀ ਪਤਨੀ ਨੂਰਜਹਾਂ ਦੇ ਨਾਲ ਹੁੰਦੀ ਹੈ ਤੇ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਮੁਲਾਕਾਤ ਜਿਹੜੀ ਹੈ ਖਾਸ ਤੌਰ ਤੇ ਜਦੋਂ ਕਿ ਜਹਾਂਗੀਰ ਤੇ ਉਹਦੀ ਪਤਨੀ ਤੇ ਉਹਦਾ ਲਾਹੌ ਲਸ਼ਕਰ ਗੁਰੂ ਅਰਗੁਨ ਦੇਵ ਮਹਾਰਾਜ ਸੱਚੇ ਪਕਸ਼ਾ ਜੀ ਦੇ ਨਾਲ ਪੰਜਾਬ ਦੇ ਵਿੱਚ ਆ ਗਿਆ ਸੀ ਤੇ ਜਿੱਥੇ ਅੱਜ ਗਮਟਾਲਾ ਪਿੰਡ ਹੈ ਉੱਥੇ ਉਹਨਾਂ ਦਾ ਤੰਬੂ ਲਗਾਇਆ ਗਿਆ ਸੀ ਤੇ ਉੱਥੇ ਤੰਬੂ ਲਗਾ ਕੇ ਉਹਨਾਂ ਨੂੰ ਠਹਿਰਾਇਆ ਗਿਆ ਸੀ ਜahangirਤ ਅਤੇ ਉਹਦੀ ਘਰ ਵਾਲੀ ਦਰਸ਼ਨ ਕਰਨ ਵਾਤੇ ਆਮ ਕਰਕੇ ਗੁਰੂ ਸਾਹਿਬ ਦੇ ਆਇਆ ਕਰਦੇ ਸਨ ਇਤਿਹਾਸਕਾਰ ਕਹਿੰਦੇ ਨੇ ਇੱਕ ਦਿਨ ਜਹਾਂਗੀਰ ਦੀ ਪਤਨੀ ਨੇ ਨੂਰਜਹਾਨ ਨੇ ਗੁਰੂ ਅਰਗੁਬੰਦ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਵਾਹਿਗੁਰੂ ਦੀ ਅੱਲਾਹ ਤਾਲਾ ਦੀ ਦਿੱਤੀ ਹੋਈ ਮਹਾਨ ਨਿਆਬਤ ਨਿਆਮਤ ਦੇ ਮਾਲਕ ਹੋ ਤੁਹਾਡਾ ਹੁਸਨ ਬਹੁਤ ਹੈ ਤੁਸੀਂ ਬਹੁਤ ਸੋਹਣੇ ਸੁਨੱਖੇ ਹੋ ਤੇ ਦੁਨੀਆ ਦੀ ਦੌਲਤ ਵੀ ਬੇਸ਼ੁਮਾਰ ਤੁਹਾਡੇ ਕੋਲ ਹੈ ਤੁਹਾਡੇ ਚਰਨਾਂ ਤੇ ਲੋਕ ਆਪਣੀਆਂ ਜਾਨਾਂ ਪੇਟ ਕਰ ਦਿੰਦੇ ਨੇ ਮੈਨੂੰ ਕਿਰਪਾ ਕਰਕੇ ਇਹ ਇੱਕ ਗੱਲ ਦੱਸੋ ਕਿ ਜਦੋਂ ਇਨਸਾਨ ਦੇ ਕੋਲ ਹੁਸਨ ਹੋਵੇ ਧਨ-ਦੌਲਤ ਵੀ ਬਹੁਤ ਜ਼ਿਆਦਾ ਹੋਵੇ ਤਾਂ ਇਨਸਾਨ ਬੁਰਾਈ ਤੋਂ ਬਚ ਸਕਦਾ ਹੈ ਤੇ ਕਿਵੇਂ ਬਚ ਸਕਦਾ ਹੈ ਤਾਂ ਗੁਰੂ ਅਰਗੁਬੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਲੇਖਕ ਦੇ ਕਹਿਣ ਮੁਤਾਬਕ ਗੱਲ ਕਹੀ ਸੀ ਕਿ ਬਿਬਾ ਇਨਸਾਨ ਬਚ ਸਕਦਾ ਹੈ ਜੇ ਇਨਸਾਨ ਨੂੰ ਮੌਤ ਯਾਦ ਰਵੇ ਜੇਕਰ ਇਨਸਾਨ ਨੂੰ ਖੁਦਾ ਯਾਦ ਰਹੇ ਤਾਂ ਇਨਸਾਨ ਕਦੇ ਕੋਈ ਮਾੜਾ ਕੰਮ ਨਹੀਂ ਕਰਦਾ ਅਸਲ ਦੇ ਵਿੱਚ ਧਰਮੀ ਉਹੀ ਬੰਦਾ ਹੁੰਦਾ ਜਿਸ ਇਨਸਾਨ ਨੂੰ ਵਾਹਿਗੁਰੂ ਕਦੇ ਨਾ ਭੁੱਲੇ ਪਰਮਾਤਮਾ ਕਦੇ ਨਾ ਭੁੱਲੇ ਤੇ ਜਿਸ ਇਨਸਾਨ ਦਾ ਧਿਆਨ ਹਮੇਸ਼ਾ ਇਸ ਗੱਲ ਵਿੱਚ ਰਹੇ ਕਿ ਮਰਨਾ ਮੁੱਲਾ ਮਰਨਾ ਭੀ ਕਰਤਾ ਰੋਂੜਨਾ ਇਹ ਬੰਦੇ ਇੱਕ ਨਾ ਇੱਕ ਦਿਨ ਚਲਾ ਜਾਣਾ ਇਸ ਦੁਨੀਆ ਤੋਂ ਤੇ ਜਦੋਂ ਆਪਾਂ ਦੁਨੀਆ ਤੋਂ ਚਲੇ ਹੀ ਜਾਣਾ ਤੇ ਕਿਉਂ ਅਸੀਂ ਕਿਸੇ ਦੂਜੇ ਦਾ ਨੁਕਸਾਨ ਕਰਦੇ ਹਾਂ ਗੁਰਮਖ ਪਿਆਰਿਓ ਜਦੋਂ ਮੈਂ ਧਰਮ ਦੀ ਗੱਲ ਕਰਦਾ ਤੇ ਧਰਮ ਦੀ ਗੱਲ ਕਰਦਿਆਂ ਕਰਦਿਆਂ ਮੇਰੇ ਦਿਮਾਗ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਹੈ। ਹਿੰਦੁਸਤਾਨ ਦੀ ਧਰਤੀ ਤੇ ਜਿਸ ਸ਼ਖਸ ਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਨਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਸ ਬੰਦੇ ਦੀ ਗੱਲ ਕਰਨ ਲੱਗਾ। ਭਾਰਤ ਦੇ ਵਿੱਚ ਜਿਸ ਇਨਸਾਨ ਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਉਸ ਭਾਰਤ ਦਾ ਮੰਨਿਆ ਪਰਮੰਨਿਆ ਇੱਕ ਧਾਰਮਿਕ ਬੰਦਾ ਹੈ। ਜਿਹਦੇ ਪਿੱਛੇ ਉਸ ਟਾਈਮ ਲੱਖਾਂ ਲੋਕ ਸਨ। ਤੇ ਅੱਜ ਵੀ ਭਾਰਤ ਦੀ ਕਰੰਸੀ ਦੇ ਉੱਤੇ ਜਿਹਦੀ ਫੋਟੋਸ਼ਾਪ ਦੀ ਹੈ ਜਿਹਨੂੰ ਰਾਸ਼ਟਰ ਪਿਤਾ ਵੀ ਲੋਕ ਕਹਿੰਦੇ ਨੇ ਕਿਉਂਕਿ ਸਾਡਾ ਪਿਤਾ ਤਾਂ ਇੱਕੋ ਹੀ ਹੈ ਕਲਗੀਆਂ ਵਾਲਾ ਗੁਰੂ ਨਾਨਕ ਆਪਾਂ ਹੋਰ ਕਿਸੇ ਨੂੰ ਆਪਣਾ ਪਿਤਾ ਨਹੀਂ ਮੰਨਦੇ ਹਾਂ ਜਿਨ੍ਹਾਂ ਦਾ ਉਹ ਰਾਸ਼ਟਰ ਪਿਤਾ ਹੈ ਖੈਰ ਮੈਂ ਇੱਕ ਗੱਲ ਕਹਿਣ ਲੱਗਾ ਜਦੋਂ ਮੈਂ ਧਰਮ ਦੀ ਗੱਲ ਕਰਦਾ ਮੇਰੇ ਸਾਹਮਣੇ ਇੱਕ ਕਿਤਾਬ ਪਈ ਹੋਈ ਹੈ ਤੇ ਉਹ ਕਿਤਾਬ ਲਿਖਣ ਵਾਲੇ ਨੇ ਸਰਦਾਰ ਸੰਗਤ ਸਿੰਘ ਜੀ ਤੇ ਉਹ ਕਿਤਾਬ ਹੈ ਜਿਹਦਾ ਨਾਮ ਹੈ ਇਤਿਹਾਸ ਚ ਸਿੱਖ ਇਹ ਕਿਤਾਬ ਤੁਸੀਂ ਧਿਆਨ ਨਾਲ ਵੇਖੋ ਇਤਿਹਾਸ ਚ ਸਿੱਖ ਇਸ ਕਿਤਾਬ ਦਾ ਨਾਮ ਹੈ ਤੇ ਸਰਦਾਰ ਸੰਗਤ ਸਿੰਘ ਜੀ ਇਸ ਕਿਤਾਬ ਨੂੰ ਲਿਖਣ ਵਾਲੇ ਨੇ ਤੇ ਸਰਦਾਰ ਸੰਗਤ ਸਿੰਘ ਜੀ ਬੜੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਤੇ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਪਿਛੇ ਜਿਉਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਜਾ ਬਿਰਾਜਮਾਨ ਹੋਏ ਨੇ ਉਹਨਾਂ ਨੇ ਜਿਹੜੀ ਇਹ ਕਿਤਾਬ ਲਿਖੀ ਹੈ ਇਤਿਹਾਸ ਚ ਸਿੱਖ ਇਹ ਕਿਤਾਬ ਤਕਰੀਬਨ ਹਰ ਇੱਕ ਗੁਰਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਇਹ ਜਦੋਂ ਮੈਂ ਅੱਜ ਵੀਡੀਓ ਬਣਾਉਣ ਤੋਂ ਪਹਿਲਾਂ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਕਿਉਂਕਿ ਮੈਂ ਸੋਚਿਆ ਸੀ ਵੀ ਧਰਮ ਦੀ ਧਰਮ ਦੇ ਵਿਸ਼ੇ ਤੇ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰਾਂ ਤੇ ਇਸ ਕਿਤਾਬ ਦੇ ਤੁਸੀਂ ਜਦੋਂ ਅ 277 ਪੰਨੇ ਦੇ ਉੱਤੇ ਜਾਂਦੇ ਹੋ ਨਾ ਤੇ ਉੱਥੇ ਜਾ ਕੇ ਇੱਕ ਬੜੀ ਸੋਹਣੀ ਉਹਨਾਂ ਨੇ ਗੱਲ ਆਖੀ ਹੈ ਕਿਉਂਕਿ ਧੰਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਦੁਨੀਆ ਭਰ ਦੇ ਵਿੱਚ ਮਨਾਇਆ ਜਾਵੇਗਾ ਤੇ ਕੁਦਰਤੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰੋਦੀ ਇਹਦੇ ਵਿੱਚ ਗੱਲ ਆਈ ਇੱਕ ਜਗ੍ਹਾ ਤੇ ਉਹਨਾਂ ਨੇ ਲਿਖਿਆ ਕਹਿੰਦੇ ਨੇ 28 ਨਵੰਬਰ 1947 ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਪਰਵਾਇਆ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਵੱਸਦੇ ਹੋਏ ਸਿੱਖ ਦੇ ਮਨ ਦੇ ਵਿੱਚ ਬੜਾ ਚਾਹ ਸੀ ਉਤਸ਼ਾਹ ਸੀ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਉਣਾ ਹੈ ਕਹਿੰਦੇ ਉਸ ਟਾਈਮ ਨਾਲ ਜਿਹੜਾ ਮਹਾਤਮਾ ਗਾਂਧੀ ਸੀ ਉਹਨੂੰ ਇੱਕ ਮੌਕਾ ਮਿਲ ਗਿਆ ਸਿੱਖਾਂ ਦੇ ਉੱਤੇ ਵਿਅੰਗ ਕੱਸਣ ਦਾ ਹੁਣ ਗਾਂਧੀ ਅੱਜ ਦੇਖੋ ਜਿਸ ਨੂੰ ਆਪਾਂ ਰਾਸ਼ਟਰਪਿਤਾ ਮੰਨਦੇ ਆਂ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਹੁਣ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਜਿਹੜੀ ਗਾਂਧੀ ਗਰਾਊਂਡ ਬਣੀ ਹੋਈ ਹੈ ਕਹਿੰਦੇ ਉੱਥੇ ਇੱਕ ਪ੍ਰੋਗਰਾਮ ਕੀਤਾ ਗਿਆ ਤੇ ਬਹੁਤ ਜ਼ਿਆਦੀ ਸਖਤ ਸੁਰੱਖਿਆ ਜਿਹੜੀ ਸੀ ਉੱਥੇ ਲਗਾਈ ਗਈ ਗਾਂਧੀ ਨੇ ਉੱਥੇ ਇੱਕ ਬਿਆਨ ਦਿੱਤਾ ਬੋਲਿਆ ਉੱਥੇ ਉਹ ਕਹਿੰਦੇ ਮੈਂ ਸੁਣਿਆ ਹੈ ਕਿ ਜਿਹੜਾ ਸਿੱਖ ਹੈ ਇੱਕ ਸਿੱਖ ਹੈ ਉਹ ਸਵਾ ਲੱਖ ਦੇ ਬਰਾਬਰ ਹੁੰਦਾ ਹੈ ਮਹਾਤਮਾ ਗਾਂਧੀ ਕਹਿੰਦਾ ਹੈ ਕਿ ਇੱਕ ਸਿੱਖ ਜਿਹੜਾ ਉਹ ਸਵਾ ਲੱਖ ਦੇ ਬਰਾਬਰ ਹੁੰਦਾ ਹੈ ਤੇ ਸਵਾ ਲੱਖ ਦੇ ਬਰਾਬਰ ਜਿਹੜਾ ਸਿੱਖ ਹੈ ਉਹਦਾ ਤਾਂ ਇੱਕ ਕਸੌਨੀ ਕਿਸੇ ਦੂਜੇ ਨੂੰ ਮਾਰਨ ਦੇ ਲਈ ਕਾਫੀ ਹੁੰਦਾ ਹੈ ਤੇ ਜੇ ਇੰਨੀ ਪਾਵਰ ਰੱਖਦੇ ਨੇ ਸਿੱਖ ਇੱਕ ਸਿੱਖ ਸਵਾ ਲੱਖ ਦੀ ਪਾਵਰ ਰੱਖਦਾ ਹੈ ਤੇ ਫਿਰ ਸਿੱਖਾਂ ਨੂੰ ਕਿਰਪਾਨ ਰੱਖਣ ਦੀ ਕੀ ਜ਼ਰੂਰਤ ਹੈ ਗਾਂਧੀ ਦੇ ਮੁਤਾਬਕ ਸਿੱਖ ਨੂੰ ਕਿਰਪਾਨ ਨਹੀਂ ਪਾਉਣੀ ਚਾਹੀਦੀ ਕਿਰਪਾਨ ਲਾ ਕੇ ਸੁੱਟ ਦੇਣੀ ਚਾਹੀਦੀ ਹੈ ਤੇ ਗਾਂਧੀ ਜਿਹੜਾ ਉਹ बार-बार बार-बार ਇਹ ਗੱਲ ਕਹਿੰਦਾ ਸੀ ਵੀ ਸਿੱਖ ਜਿਹੜੇ ਨੇ ਜੋ ਕੁਝ ਆਪਣੇ ਗੁਰੂ ਸਹਿਬਾਨਾਂ ਦੇ ਦੱਸੇ ਰਸਤੇ ਨੂੰ ਅਪਣਾ ਰਹੇ ਨੇ ਉਹ ਅੱਜ ਦੇ ਸਮੇਂ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਯੋਗ ਨਹੀਂ ਹੁਣ ਉਹ ਤੋਂ ਅਗਲੀ ਗੱਲ ਇਸ ਕਿਤਾਬ 'ਚ ਲਿਖੀ ਕਹਿੰਦੇ 4 ਦਸੰਬਰ ਨੂੰ 1947 ਦੀ ਗੱਲ ਹੈ 4 ਦਸੰਬਰ ਨੂੰ ਉਸੇ ਸਾਲ ਦੇ ਵਿੱਚ ਗਾਂਧੀ ਨੇ ਦੁਬਾਰਾ ਫਿਰ ਸਿੱਖ ਧਰਮ ਦੇ ਬਾਰੇ ਬਹੁਤ ਗਲਤ ਬੋਲਿਆ ਤੇ ਉਹਨੇ ਇਥੋਂ ਤੱਕ ਅਬਾ ਤਬਾ ਬੋਲਦਿਆਂ ਕਹਿ ਦਿੱਤਾ ਕਿ ਕਹਿੰਦਾ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਅਤੇ ਹਿੰਦੂਆਂ ਦੇ ਸਬੰਧਾਂ ਦੀ ਤੁਲਨਾ ਨੌਂ ਅਤੇ ਮਾਸ ਨਾਲ ਕੀਤੀ ਹੈ। ਅਤੇ ਉਹਨੇ ਇਹ ਵੀ ਕਿਹਾ ਕਿ ਦੋਹਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ। ਯਾਦ ਰੱਖਿਓ ਗਾਂਧੀ ਨੇ ਸ਼ੈਤਾਨੀ ਵਿਅੰਗ ਦੇ ਵਿੱਚ ਇਹ ਵੀ ਕਿਹਾ ਕਿ ਜੇ ਗੁਰੂ ਨਾਨਕ ਦੇਵ Hindu ਨਹੀਂ ਤਾਂ ਹੋਰ ਕੀ ਸੀ? ਉਹਦੀ ਅਗਲੀ ਗੱਲ ਪੜ੍ਹਣ ਵਾਲੀ ਹੈ ਤੇ ਉਹਨੇ ਕਿਹਾ ਉਹ ਕਹਿੰਦਾ ਕਿ ਨਾ ਗੁਰੂ ਨਾਨਕ ਨੇ ਅਤੇ ਨਾ ਹੀ ਕਿਸੇ ਹੋਰ ਗੁਰੂ ਨੇ ਇੱਕ ਕਦੇ ਜ਼ਿੰਦਗੀ 'ਚ ਇਹ ਕਿਹਾ ਸੀ ਕਿ ਉਹ Hindu ਨਹੀਂ ਕਹਿੰਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਸਿੱਖ ਮਤ ਤੋਂ Hindu ਮਤ ਤੋਂ ਬੁੱਧ ਮਤ ਤੋਂ ਜੈਨ ਮਤ ਵੱਖ-ਵੱਖ ਧਰਮ ਨੇ ਇਹ ਚਾਰੇ ਹੀ ਮਤ ਅਤੇ ਇਹਨਾਂ ਦੀਆਂ ਲੜਜਾਂ ਇੱਕੋ ਹੀ ਨੇ ਉਹ ਕਹਿੰਦਾ Hindu ਮਤ ਇੱਕ ਮਹਾਸਾਗਰ ਹੈ ਜਿਸ ਵਿੱਚ ਸਾਰੀਆਂ ਨਦੀਆਂ ਮਿਲਦੀਆਂ ਨੇ ਇਹ ਇਸਲਾਮ ਅਤੇ ਈਸਾਈ ਮਤ ਅਤੇ ਹੋਰ ਧਰਮਾਂ ਨੂੰ ਆਪਣੇ ਵਿੱਚ ਸਮੋਹ ਸਕਦਾ ਹੈ ਅਤੇ ਤਾਂ ਹੀ ਇਹ ਮਹਾਸਾਗਰ ਬਣ ਸਕਦਾ ਹੈ ਹੁਣ ਸਮਝੋ ਇਸ ਗੱਲ ਨੂੰ ਗਾਂਧੀ ਦਾ ਟੀਚਾ ਕੀ ਸੀ ਕਿ Hindu ਮਤ ਨੂੰ ਮਹਾਸਾਗਰ ਬਣਾਇਆ ਜਾਵੇ ਤੇ ਬਾਕੀ ਜਿੰਨੇ ਵੀ ਹੈ ਜਿੰਨੀਆਂ ਵੀ ਕੌਮਾਂ ਨੇ ਸਿੱਖ ਧਰਮ ਦੇ ਸਮੇਤ ਜਿੰਨੀਆਂ ਵੀ ਕੌਮਾਂ ਨੇ ਉਹ ਸਾਰੀਆਂ ਇਸ ਵਿਸ਼ਾਲ ਹਿੰਦੂ ਮਹਾਸਾਗਰ ਦੇ ਵਿੱਚ ਸਮਾ ਜਾਣ ਜਿਨ੍ਹਾਂ ਦਾ ਕਿ ਉਹ ਰਾਸ਼ਟਰਪਿਤਾ ਬੰਦੀਆਂ ਤਿਆਰੀਆਂ ਕਰ ਰਿਆ ਸੀ ਹੁਣ ਇਹਦੇ ਵਿੱਚ ਹੋਰ ਵੀ ਕਈ ਗੱਲਾਂ ਲਿਖੀਆਂ ਨੇ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸਾਰੀਆਂ ਤਕਰੀਬਨ ਸਾਂਝੀਆਂ ਨਹੀਂ ਕਰ ਸਕਦਾ ਮੈਂ ਇੱਕ ਗੱਲ ਹੋਰ ਕਰਨ ਲੱਗਾ ਗਿਆਨੀ ਕਰਤਾਰ ਸਿੰਘ ਨੇ ਨਾ ਰਜਿੰਦਰ ਪ੍ਰਸਾਦ ਅੱਗੇ ਸਿੱਖਾਂ ਦਾ ਕੇਸ ਵਿਸਤਾਰ ਪੂਰਵਕ ਰੱਖਿਆ ਕਿਸ ਕੀ ਸੀ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਹੈ ਹੁਣ ਦੁਬਾਰਾ ਸੁਣਿਓ ਕਿ ਨਹੀਂ ਕਰਤਾਰ ਸਿੰਘ ਜੀ ਜਿਹੜੇ ਸਨ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੇ ਰਜਿੰਦਰ ਪ੍ਰਸਾਦ ਦੇ ਮੂਹਰੇ ਗੱਲ ਰੱਖੀ ਕਿ ਜਿਹੜਾ ਨਨਕਾਣਾ ਸਾਹਿਬ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ ਨਨਕਾਣਾ ਸਾਹਿਬ ਨੂੰ ਆਜ਼ਾਦ ਹਲਕੇ ਦਾ ਰੁਤਬਾ ਬਣਾਇਆ ਜਾਏ ਤੇ ਨਨਕਾਣਾ ਸਾਹਿਬ ਨੂੰ ਉਸੇ ਤਰ੍ਹਾਂ ਰੱਖਿਆ ਜਾਵੇ ਜਿਸ ਤਰ੍ਹਾਂ ਜਰੂਸਲਮ ਨੂੰ ਰੱਖਿਆ ਗਿਆ ਹੈ ਰਾਵੀ ਦਰਿਆ ਦੇ ਕੰਢੇ ਤੇ ਜਿਹੜਾ ਸਾਡਾ ਇਤਿਹਾਸ ਗੁਰਦਰਾ ਕਰਤਾਰਪੁਰ ਸਾਹਿਬ ਹੈ ਉਹ ਭਾਰਤੀ ਪਾਸੇ ਲਿਆਉਣ ਦੇ ਲਈ ਇੱਕ ਪਿੰਡ ਦਾ ਤਬਾਦਲਾ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਵੀ ਸਿੱਖਾਂ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਐਸਾ ਬਿੱਲ ਪਾਸ ਨਹੀਂ ਕੀਤਾ ਜਾਵੇਗਾ ਜਿਹੜਾ ਕਿ ਸਿੱਖਾਂ ਨੂੰ ਪਸੰਦ ਨਾ ਹੋਵੇਗਾ ਤੇ ਜੋ ਕੁਝ ਹੁਣ ਕੀਤਾ ਜਾ ਰਿਹਾ ਹੈ ਉਹ ਸਿੱਖਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਜਦੋਂ ਇਹ ਗੱਲ ਰੱਖੀ ਤੇ ਕਹਿੰਦੇ ਉਸੇ ਹੀ ਸ਼ਾਮ ਨੂੰ ਨਾ ਇੱਕ ਮੀਟਿੰਗ ਹੋਈ ਜਿਸ ਵਿੱਚ ਗਿਆਨੀ ਕਰਤਾਰ ਸਿੰਘ ਵੀ ਸ਼ਾਮਲ ਸੀ ਤੇ ਗਾਂਧੀ ਨੂੰ ਜਾ ਕੇ ਉਹ ਮਿਲੇ ਤੇ ਗਾਂਧੀ ਨੇ ਉਸ ਟਾਈਮ ਇੱਕ ਗੱਲ ਕਹੀ ਗਿਆਨੀ ਕਰਤਾਰ ਸਿੰਘ ਹੁਣਾਂ ਨੂੰ ਕਿ ਗਿਆਨੀ ਜੀ ਮੈਂ ਤੁਹਾਡਾ ਗ੍ਰੰਥ ਸਾਹਿਬ ਪੜਦਾ ਦੁਬਾਰਾ ਸੁਣਿਓ ਮੈਂ ਤੁਹਾਡਾ ਗ੍ਰੰਥ ਸਾਹਿਬ ਪੜਦਾ ਪਰ ਇਹ ਮੈਂ ਤੁਹਾਨੂੰ ਖੁਸ਼ ਕਰਨ ਲਈ ਨਹੀਂ ਪੜਦਾ ਤੇ ਨਾ ਹੀ ਇਸ ਨੂੰ ਪੜਨ ਦੇ ਲਈ ਮੈਨੂੰ ਤੁਹਾਡੀ ਆਗਿਆ ਦੀ ਲੋੜ ਹੈ ਪਰ ਗੁਰੂ ਨੇ ਤਾਂ ਕਹਿੰਦਾ ਗੁਰੂ ਨੇ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਤੁਹਾਨੂੰ ਦਾੜੀ ਵਧਾਉਣੀ ਚਾਹੀਦੀ ਹੈ ਹੁਣ ਦਾੜੀ ਦੀ ਪ੍ਰੋਬਲਮ ਸੀ ਉਹਨੂੰ ਕਹਿੰਦਾ ਗਿਆਨੀ ਕਰਤਾਰ ਸਿੰਘ ਜੀ ਤੁਹਾਡੇ ਗੁਰੂ ਨੇ ਇਹ ਗੱਲ ਕਿਤੇ ਕਹੀ ਹੈ ਵੀ ਤੁਹਾਨੂੰ ਦਾੜੀ ਵਧਾਉਣੀ ਚਾਹੀਦੀ ਹੈ ਤੇ ਤੁਹਾਨੂੰ ਕਿਰਪਾਨ ਪਾਉਣੀ ਚਾਹੀਦੀ ਹੈ ਤੁਹਾਨੂੰ ਤਾਂ ਲੋੜ ਨਹੀਂ ਦਾੜੀ ਵਧਾਉਣ ਦੀ ਕਿਰਪਾਨ ਪਾਉਣ ਦੀ ਇਹ ਕਿਉਂ ਪਾਈ ਫਿਰਦੇ ਹੋ ਦਾੜੀ ਕਿਉਂ ਵਧਾਈ ਫਿਰਦੇ ਹੋ ਜਿਸ ਬੰਦੇ ਨੂੰ ਸਾਡੀ ਦਾੜ੍ਹੀ ਤੋਂ ਇੰਨੀ ਪ੍ਰੋਬਲਮ ਸੀ ਸਾਡੀ ਕਿਰਪਾਨ ਤੋਂ ਇੰਨੀ ਪ੍ਰੋਬਲਮ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਸਿੱਖ ਗੁਰੂ ਗੋਬਿੰਦ ਸਿੰਘ ਨੂੰ ਬਦਾਵਾ ਦੇ ਦੇਣ ਕਿਰਪਾਨ ਅਤੇ ਖਾਲਸੇ ਦੇ ਹੋਰ ਨਿਸ਼ਾਨ ਲਾ ਕੇ ਪ੍ਰਾਂ ਸੁੱਟ ਦੇਣ ਆਪਣੇ ਕੇਸ ਕਟਾ ਦੇਣ ਤੇ Hindu ਧਰਮ ਦੇ ਮਾਂ ਸਾਗਰ ਦੇ ਵਿੱਚ ਗੋਤੇ ਖਾਣ ਖਾਣ ਜਿਸ ਕੌਮ ਦਾ ਉਹ ਪਿਤਾ ਬਣ ਚੁੱਕਾ ਸੀ ਤੇ ਸਿੱਖਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ ਉਸ ਟਾਈਮ ਇਹ ਕਿਤਾਬ ਦੇ ਦੋ ਕੁ ਪੰਨੇ ਮੈਂ ਤੁਹਾਡੇ ਨਾਲ ਤਾਂ ਸਾਂਝੇ ਕੀਤੇ ਨੇ ਕਿਉਂਕਿ ਮੈਂ ਧਰਮ ਦੀ ਗੱਲ ਕਰ ਰਿਹਾ ਸੀ ਸਾਡੇ ਗੁਰੂ ਸਾਹਿਬਾਨ ਜਿਨ੍ਹਾਂ ਨੇ ਧਰਮ ਦੀ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਦੁਨੀਆਂ ਦਾ ਇੱਕੋ ਹੀ ਧਰਮ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਾਧਨਾ ਕਰਨੀ ਤੇ ਸਹੀ ਕਰਮ ਨੇਕ ਕਰਮ ਆਪਣੀ ਜ਼ਿੰਦਗੀ ਦੇ ਵਿੱਚ ਕਰਨੇ ਸੋ ਸਾਡੀ ਨਿਗਾਹ ਦੇ ਵਿੱਚ ਦੁਨੀਆਂ ਦਾ ਕੋਈ ਵੀ ਧਰਮ ਮਾੜਾ ਨਹੀਂ ਹੈ ਹਿੰਦੂ ਮੁਸਲਮਾਨ ਈਸਾਈ ਬੋਧੀ ਜੈਨੀ ਪਾਰਸੀ ਕੋਈ ਵੀ ਮਾੜਾ ਨਹੀਂ ਹਰ ਇਨਸਾਨ ਨੂੰ ਆਪਣੀ ਕੌਮ ਆਪਣਾ ਮਜ਼ਬ ਪਿਆਰਾ ਹੁੰਦਾ ਹੈ ਪਰ ਸੱਚਾ ਧਰਮੀ ਉਹੀ ਹੈ ਜਿਹੜਾ ਕਦੀ ਦੂਜੇ ਨੂੰ ਹੇਟ ਨਹੀਂ ਕਰਦਾ ਦੂਜੇ ਨੂੰ ਮਾੜਾ ਨਹੀਂ ਕਹਿੰਦਾ ਦੂਜੇ ਨਾਲ ਨਫ਼ਰਤ ਨਹੀਂ ਕਰਦਾ ਤੇ ਜੇਕਰ ਐਸਾ ਅਸੀਂ ਕਰਦੇ ਆਂ ਤੇ ਅਸੀਂ ਵੀ ਧਰਮੀ ਨਹੀਂ ਹੋ ਸਕਦੇ ਮੈਂ ਆਸ ਕਰਦਾ ਅੱਜ ਦੀ ਸਾਡੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਫਿਰ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ